ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਗਜ਼ਲ ਸਚਦੇਵਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ। ਅੰਮ੍ਰਿਤਸਰ ਪਠਾਨਕੋਟ ਰੇਲਵੇ ਓਵਰ ਬ੍ਰਿਜ ਦਾ ਸੀਐਮ ਭਗਵੰਤ ਮਾਨ ਨੇ ਕੀਤਾ ਉਦਘਾਟਨ। ਪ੍ਰਤਾਪ ਬਾਜਵਾ ਨੇ ਟਵੀਟ ਕਰ ਪੀਐਮ ਮੋਦੀ ਨੂੰ ਕੀਤੀ ਅਪੀਲ, ਕਿਹਾ ਖੋਲੋ ਇੰਡੀਆ ਸਕੀਮ ਤਹਿਤ ਫੰਡਾਂ ਦੀ ਵੰਡ ਬੇਇਨਸਾਫੀ ਦੀ ਇੱਕ ਉਗੜਵੀਂ ਮਿਸਾਲ ਹੈ। ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਐਮ ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ, ਕੀਤਾ ਟਵੀਟ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ ਬਣੇ ਹਾਲਾਤਾਂ ਤੇ ਜਤਾਈ ਚਿੰਤਾ, ਕਿਹਾ ਮੁੱਖ ਮੰਤਰੀ ਤੁਰੰਤ ਕੇਂਦਰ ਨਾਲ ਕਰਨ ਰਾਬਤਾ। ਡੀਜੀਪੀ ਪੰਜਾਬ ਨੇ ਟਵੀਟ ਕਰ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 6 ਬਿਹਤਰੀਨ ਖਿਡਾਰੀਆਂ ਦੀ ਕੀਤੀ ਸ਼ਲਾਘਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤਾ ਵੱਡਾ ਬਿਆਨ, ਹਰਿਆਣਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀਆਂ ਦੀ ਵਸੋਂ ਹੈ, ਜਿਨ੍ਹਾਂ ਨੂੰ ਇਕਜੁੱਟ ਕਰਨ ਅਤੇ ਆਉਣ ਵਾਲੀ ਸਰਕਾਰ ਵਿੱਚ ਭਾਈਵਾਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਅਬੋਹਰ ਹਲਕੇ ਤੋਂ ਦੀਪ ਕੰਬੋਜ ਨੇ ਦਿੱਤਾ ਅਸਤੀਫਾ, ਫੇਸਬੁੱਕ ਤੇ ਪੋਸਟ ਪਾ ਕੇ ਦਿੱਤੀ ਸੂਚਨਾ। ਚੰਡੀਗੜ੍ਹ ਵਿਖੇ ਡੇਂਗੂ ਮਲੇਰੀਆ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਹਸਪਤਾਲ ਵਿੱਚ ਦਵਾਈ ਦੇ ਨਾਲ ਨਾਲ ਟੈਸਟ ਦੀ ਵੀ ਦਿੱਤੀ ਸਹੂਲਤ। ਜਲੰਧਰ ਵਿੱਚ ਅੱਧੀ ਰਾਤ ਨੂੰ ਆਟੋ ਵਿੱਚ ਆਏ ਨੌਜਵਾਨ ਨੇ ਮਚਾਇਆ ਹੰਗਾਮਾ, ਸੀਸੀਟੀਵੀ ਵਿੱਚ ਵਾਰਦਾਤ ਹੋਈ ਕੈਦ। ਮੋਹਾਲੀ ਵਿਖੇ ਛੇੜਛਾੜ ਕਰਨ ਤੋਂ ਰੋਕਣ ਤੇ ਦਿਓਰ ਨੇ ਪਰਜਾਈ ਨੂੰ ਮਾਰੀ ਗੋਲੀ, ਕਤਲ ਤੋਂ ਬਾਅਦ ਮੁਲਜ਼ਮ ਹੋਇਆ ਫਰਾਰ, 3 ਵਿਰੁੱਧ ਮਾਮਲਾ ਦਰਜ। ਕੈਨੇਡਾ ਵਿੱਚ 3 ਪੰਜਾਬੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ, ਹਾਈਵੇ ਤੇ ਗੱਡੀ ਦਾ ਟਾਇਰ ਫਟ ਜਾਣ ਕਾਰਨ ਵਾਪਰਿਆ ਹਾਦਸਾ। ਚੰਡੀਗੜ੍ਹ ਤੋਂ ਅਖਬਾਰ ਲੈ ਕੇ ਸ਼ਿਮਲਾ ਜਾ ਰਹੀ ਪੰਜਾਬ ਦੀ ਗੱਡੀ ਤੇ ਡਿੱਗੇ ਪਹਾੜ, 1 ਦੀ ਹੋਈ ਮੌਤ, 3 ਹੋਏ ਜ਼ਖਮੀ। ਬਿਆਸ ਵਿਖੇ ਖੇਤੀ ਸਟੋਰ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ। ਲੁਧਿਆਣਾ ਦੇ PAU ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਮਾਨਸਿਕ ਤੌਰ ਤੇ ਸੀ ਪਰੇਸ਼ਾਨ। ETT ਦੀ ਭਰਤੀ ਲਈ ਪੰਜਾਬੀ ਦਾ ਪੇਪਰ ਪਾਉਣ ਪਹੁੰਚੇ 2 ਸ਼ੱਕੀ ਪ੍ਰੀਖਿਆਰਥੀ ਕੀਤੇ ਗਏ ਕਾਬੂ। ਅੰਮ੍ਰਿਤਸਰ ਵਿੱਚ BSF ਨੂੰ ਮਿਲੀ ਵੱਡੀ ਸਫਲਤਾ, ਸਰਹੱਦ ਤੋਂ ਪਾਕਿਸਤਾਨੀ ਹਥਿਆਰ ਕੀਤੇ ਬਰਾਮਦ, ਤਲਾਸ਼ੀ ਮੁਹਿੰਮ ਜਾਰੀ। ਮਲੋਟ ਵਿਖੇ ਖਰਾਬ ਫਸਲ ਹੋਣ ਤੇ ਕਿਸਾਨ ਨੇ ਕੀਤੀ ਖੁਦਕੁਸ਼ੀ, ਮੀਂਹ ਨਾ ਪੈਣ ਕਰਕੇ ਸੀ ਪਰੇਸ਼ਾਨ। ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ। 1000 ਰਿਆਲ ਭਾਰਤੀ ਕੀਮਤ 2 ਲੱਖ ਵਿੱਚ ਵੇਚੀ ਪੰਜਾਬ ਦੀ ਧੀ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਲਿਆਂਦਾ ਵਾਪਿਸ, ਵਿਜ਼ਿਟਰ ਵੀਜ਼ੇ ਤੇ ਭੇਜਿਆ ਗਿਆ ਸੀ ਓਮਾਨ। ਖੰਨਾ ਵਿਖੇ ਬਾਈਕ ਦੀ ਰੇਲਿੰਗ ਨਾਲ ਹੋਈ ਟੱਕਰ, ਪੁਲ ਤੋਂ ਹੇਠਾਂ ਡਿੱਗੀਆਂ 2 ਕੁੜੀਆਂ, ਹੋਈ ਮੌਤ, ਮੁੰਡਾ ਰੇਲਿੰਗ ਤੇ ਲਟਕਿਆ। ਲੁਧਿਆਣਾ ਵਿਖੇ ਨਸ਼ਾ ਦਾ ਟੀਕਾ ਲਾਉਂਦੇ ਨੌਜਵਾਨ ਦਾ ਵੀਡੀਓ ਹੋਇਆ ਵਾਇਰਲ, ਸ਼ਰੇਆਮ ਨਸ਼ਾ ਵਿਕਣ ਦੇ ਲੱਗੇ ਦੋਸ਼। ਅੰਮ੍ਰਿਤਸਰ ਵਿਖੇ ਮਾਤਾ ਚਿੰਤਪੁਰਨੀ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਹੋਈ ਬੇਕਾਬੂ, 2 ਨੌਜਵਾਨਾਂ ਦੀ ਹੋਈ ਮੌਤ। ਮਲੋਟ ਵਿਖੇ SSF ਟੀਮ ਨੇ ਇੱਕ ਬਜ਼ੁਰਗ ਔਰਤ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ, ਪੋਤਰੀ ਨਾਲ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ ਮਨ ਮੁਟਾਵ। ਚੰਡੀਗੜ੍ਹ ਵਿੱਚ ਰਾਤ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ। ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਕਈ ਥਾਵਾਂ ਤੇ ਰਾਤ ਤੋਂ ਹੀ ਪੈ ਰਿਹਾ ਮੀਂਹ। ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।